ਕਿ ਕਿਸੇ ਨੂੰ ਵੀ ਨਹੀਂ ਪਾਉਣ ਦੇਣੀ, ਠੀਕ ਹੈ। ਦੇਖੋ ਤੁਸੀਂ ਅਸੀਂ ਇੱਥੇ ਵੀ ਡਸਟਬਿਨ ਰੱਖੇ ਆ, ਠੀਕ ਹੈ ਜੀ। ਡਸਟਬਿਨ ਆ ਕਿ ਇੱਕ ਡਸਟਬਿਨ ਬਣਿਆ ਵਾ ਨੀਲਾ ਤੇ ਇੱਕ ਬਣਿਆ ਵਾ, ਠੀਕ ਹੈ ਜੀ। ਨੀਲੇ ਦੇ ਵਿੱਚ ਕਿਹੜਾ ਕੂੜਾ ਪਾਉਣਾ, ਹਰੇ ਦੇ ਵਿੱਚ ਕਿਹੜਾ ਕੂੜਾ ਪਾਉਣਾ ਵਾ, ਆਪਾਂ ਤਾਂ ਉਹਦੇ ਬਾਰੇ ਦੱਸਣਾ ਵਾ। ਤੁਹਾਡੇ ਘਰਾਂ ਦੇ ਵਿੱਚ ਡੋਰ ਟੂ ਡੋਰ ਕਲੈਕਸ਼ਨ ਵੀ ਕੱਢੀਆਂ ਆਉਂਦੀਆਂ ਜੀ? ਗਾਰਬੇਜ ਦੀ ਕਲੈਕਸ਼ਨ ਵਾਸਤੇ ਕੱਢੀਆਂ ਆਉਂਦੀਆਂ ਨਾ? ਯੈਸ ਮੈਮ। ਹਾਂਜੀ, ਤੇ ਆਪਾਂ ਪਤਾ ਜਾ ਰਿਹਾ ਵਾ ਕਿ ਜਿਹੜਾ ਖੜਾ ਕੂੜਾ ਵਾ, ਜਿਹੜਾ ਗਿੱਲਾ ਕੂੜਾ ਵਾ, ਉਹ ਹਰੇ ਡਸਟਬਿਨ ਦੇ ਵਿੱਚ ਰੱਖੀਏ, ਠੀਕ ਹੈ ਜੀ। ਤੇ ਜਿਹੜਾ ਸੁੱਕਾ ਕੂੜਾ ਵਾ ਉਹ ਨੀਲੇ ਡਸਟਬਿਨ ਦੇ ਵਿੱਚ ਰੱਖੀਏ, ਠੀਕ ਹੈ ਜੀ। ਸੁੱਕਾ ਕੂੜਾ ਜਿਹੜਾ ਵਾ ਖਤਮ ਹੋ ਗਿਆ, ਇਸ ਤਰ੍ਹਾਂ ਸਿਰਫ 2-4% ਕੂੜਾ ਜਿਹੜਾ ਸਾਡਾ ਨਹੀਂ ਅਸੀਂ ਜਿਹਨੂੰ ਯੂਜ਼ ਕਰ ਸਕਦੇ ਉਹ ਡਸਟਬਿਨ ਜਾਏਗਾ। ਉਹਦੇ ਪ੍ਰਬੰਧ ਵਾਸਤੇ ਵੀ ਮਸ਼ੀਨਾਂ ਲੱਗੀਆਂ ਹੋਈਆਂ। ਤਾਂ ਜਦੋਂ ਅਸੀਂ ਸਾਰੇ ਘਰ ਦਾ ਮਿਕਸ ਕਰਕੇ ਕੂੜਾ ਇੱਕੇ ਜਗ੍ਹਾ ਤੇ ਇੱਕੇ ਡੱਬੇ ਦੇ ਵਿੱਚ ਪਾ ਕੇ ਕਾਰਪੋਰੇਸ਼ਨ ਦੀ ਗੱਡੀ ਨੂੰ ਦੇ ਦਿੰਦੇ ਹਾਂ, ਉਹ ਸਾਰਾ ਕੂੜਾ ਕਿੱਥੇ ਜਾਂਦਾ ਵਾ? ਭਗਤਾਂ ਵਾਲੇ ਡੱਬੇ ਦੇ। ਭਗਤਾਂ ਵਾਲਾ ਡੱਬਾ ਦੇਖਿਆ ਕਿਸੇ ਨੇ? ਜਿਹੜੇ ਬੱਚੇ ਨੇ ਕਿਸੇ ਨੇ ਦੇਖਿਆ ਹੋਇਆ, ਥੋੜਾ ਕਰੋ। ਰੋਜ਼ ਦਾ ਕੂੜਾ ਜਿਹੜਾ ਸਾਡੇ ਭਗਤਾਂ ਵਾਲੇ ਡੱਬੇ ਤੇ, ਜੇ ਪਰ ਸਾਰੇ ਘਰ ਜਿਹੜਾ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਵੱਖਰਾ ਦੇਣ ਲੱਗ ਪੈਣ, ਤਾਂ ਸਾਡੇ ਘਰਾਂ ਦੇ ਵਿੱਚੋਂ ਜਿਹੜਾ ਕੂੜਾ ਨਿਕਲਦਾ ਵਾ ਉਹਨੂੰ ਕਾਰਪੋਰੇਸ਼ਨ ਆਪਣੇ ਲੈਵਲ ਤੇ ਸੰਭਾਲੇਗੀ ਤੇ ਸਾਡੇ ਡੰਪ ਤੇ ਨਹੀਂ ਜਾਏਗਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਤੁਸੀਂ ਸਾਡੇ ਕੂੜਾ ਬਾਹਰ ਸੁੱਟਦਾ ਵਾ। ਕਈ ਲੋਕਾਂ ਨੂੰ ਆਦਤ ਹੁੰਦੀ ਆ ਕਿ ਅਸੀਂ ਗੱਡੀ ਨੂੰ ਨਹੀਂ ਦੇਣਾ, ਅਸੀਂ ਜਿਹੜਾ ਕੂੜਾ, ਕਿਉਂਕਿ ਗੱਡੀ ਵਾਲੇ ਕਹਿੰਦੇ ਆ ਕਿ ਅਸੀਂ ਗਿੱਲਾ ਕੂੜਾ ਵੱਖਰਾ ਲੈਣਾ ਵਾ, ਅਸੀਂ ਗੱਡੀ ਨੂੰ ਨਹੀਂ ਦੇਣਾ, ਤਾਂ ਉਹ ਬਾਹਰ ਕੂੜਾ ਸੁੱਟਦੇ ਆ। ਅਗਰ ਇੱਦਾਂ ਦੇ ਕੋਈ ਲੋਕ ਤੁਹਾਡੇ ਆਸ ਪਾਸ ਦੇ, ਉਹਨਾਂ ਨੂੰ ਸਮਝਾਓ, ਅਵੇਅਰ ਕਰੋ ਕਿ ਅਸੀਂ ਜਿਹੜਾ ਕੂੜਾ ਆਪਣੇ ਸ਼ਹਿਰ ਨੂੰ ਗੰਦਾ ਨਾ ਕਰੀਏ, ਕੂੜਾ ਬਾਹਰ ਸੁੱਟੀਏ। ਅਤੇ ਉਹਦੇ ਵਾਸਤੇ ਅਸੀਂ ਜਿਹੜੀਆਂ ਗੱਡੀਆਂ ਆਉਂਦੀਆਂ ਉਹ ਕੂੜੇ ਵਾਸਤੇ ਕੂੜਾ ਗੱਡੀਆਂ ਨੂੰ ਦਈਏ, ਤਾਂ ਜੋ ਅਸੀਂ ਸਹੀ ਤਰੀਕੇ ਨਾਲ ਕੂੜੇ ਨੂੰ ਮੈਨੇਜ ਕਰ ਸਕੀਏ। ਤੁਹਾਡੇ ਸਹਿਯੋਗ ਤੋਂ ਬਿਨਾਂ ਜਿਹੜਾ ਕਾਰਪੋਰੇਸ਼ਨ ਕੂੜੇ ਨੂੰ